जलंधर बीएमसी चौक दे कोल बिल्कुल सेशन कोर्ट दी ओपोजिट बैक साइड जिहड़ी आंदी आ उस साइड तों जिद्दी एंटर करोगे ना भल्ला इलेक्ट्रॉनिक्स ट्रेडर्स एच लिखा होगा दुकान का बाकी भाई का फोन नंबर थले फ्लैश हुंदा तुहानू दिख रहा भाई एक बार अपने मोबाइल एड्रेस दस दो सर भल्ला इलेक्ट्रॉनिक्स एंड ट्रेडर बीएमसी चौक नियर सेशन कोर्ट ऑपोजिट जस बैंक ते मेरा मोबाइल नंबर है 7986595536 ते भाई का फोन नंबर क्योंकि मैं पहले दसा क्योंकि अज तुहानू डील मिलेगी एक नंबर ते कम वो चीज़ हो जाएगी ना मजा आ जाएगा तुहानू सारेनू गरंटी है ते देख रहे हो साडे पिछे बूफर्स दी लाइन लगी पई है ए बूफर इत्थे नहीं खत्म होंदे इस तों अलावा मैं भरा को एक बार नज़र घुमा देगा बूफर वेख सकते सोच तो परे एडे बूफर तुम्हें मिलने वाले है तो ब्रांड तुम बोलोगे कि चाहिए वो ब्रांड कटे है ना भी भाई ए चीज़ तुम दिखा देंगे तो अब जिनी गल होगी ओरिजिनल बूफर के होगी तो चैनल कर लो जरूर सबसक्राइब क्योंकि यार सारे सपोर्ट मिलेगा ताइयो आप अगे वे नवी नवी चीज़ा लैके आते रहेंगे तो अब गड्डिया नहीं दिखा रहा तुम्हें बूफर द्वारा रिपीट कर रहा है तो भाई बूफर के क्वालिटी तो एक आप प्राइसिंग की गल ए कर देने कितों चालू हो कितने एंड है ਸਰ ਸਟਾਰਟਿੰਗ ਹੈਗੀ 2000 ਤੋਂ 2000 ਤੋਂ ਲੈ ਕੇ ਬ੍ਰਾਂਡ ਬ੍ਰਾਂਡਡ ਸਰ ਸਟਾਰਟ ਹੋ ਜਾਏਗਾ ਤੁਹਾਡਾ 2200 ਤੋਂ 2200 ਤੋਂ ਹਾਂਜੀ ਬ੍ਰਾਂਡ ਬੂਫਰ ਚਾਲੂ ਹੋ ਜਾਏਗਾ 2200 ਤੋਂ ਲੈ ਕੇ ਐਂਡ ਐਂਡ 15000 20000 25000 ਲੱਖ ਕੋਈ ਐਂਡ ਨਹੀਂ ਹੈਗਾ ਔਨ ਕੋਈ ਐਂਡ ਨਹੀਂ ਤੁਹਾਡੇ ਉੱਤੇ ਤੁਸੀਂ ਕੀ ਕਿਉਂਕਿ ਮੇਨ ਚੀਜ਼ ਤੁਹਾਨੂੰ ਖਾਂਦਾ ਡੀਡੀ ਤੁਹਾਨੂੰ ਦਿਖਦਾ ਪਿਆ ਤੇ ਇਸ ਤੋਂ ਵੀ ਹੈਵੀ ਬੂਫਰ ਸਮੂਥ ਬਹੁਤ ਸਾਰੇ ਨੇ ਤੇ ਚਲਿਏ ਭਾਈ ਚਾਲੂ ਕਰੀਏ ਕਿੱਥੋਂ ਚਾਲੂ ਕਰਨਾ ਚਾਹੋਗੇ ਸਰ ਸਭ ਤੋਂ ਹੌਟ ਸੇਲਿੰਗ ਇਸ ਟਾਈਮ ਪਾਇਨੀਅਰ ਸਭ ਤੋਂ ਪੁਰਾਣਾ ਔਰ ਸਭ ਤੋਂ ਜ਼ਿਆਦਾ ਹੌਟ ਸੇਲਿੰਗ ਚੱਲ ਰਿਹਾ ये अपना 400 RMS ਦਾ ਪਾਇਨੀਅਰ T4 ਹੈਗਾ ਡਬਲ ਕੋਇਲ ਦਿਖਾ ਦਿੰਦਾ ਇਹ ਦੇਖ ਸਕਦੇ ਹੋ ਡਬਲ ਕੋਇਲ ਇੱਥੋਂ ਤੁਹਾਨੂੰ ਪਤਾ ਚੱਲ ਜਾਏਗਾ ਇਹ ਡਬਲ ਕੋਇਲ ਹੁੰਦਾ ਤੇ ਇੱਕ ਚੀਜ਼ ਤੁਹਾਨੂੰ ਸਾਰਾ ਮੈਂ ਹੋਰ ਦੱਸ ਦਵਾਂ ਇਹ 400 RMS ਦਾ ਹੈਗਾ ਤੇ ਵੋਲਟ ਪਾਵਰ ਜਿਹੜੀ ਆਉਂਦੀ ਹੈ 400 ਦੀ ਹੈ ਤੇ ਇੱਕ 1400 ਪਰ ਇਹਦਾ ਫਰਕ ਕੀ ਹੈ ਮੈਕਸ ਮੈਕਸ 1400 ਸਰ ਮੈਕਸ 1400 ਹੈ ਠੀਕ ਹੈ RMS 400 ਹੈ ਠੀਕ ਹੈ ਮੈਨੂੰ ਅੱਜ ਕੱਲ੍ਹ ਸਾਰਾ RMS ਚਾਹੀਦਾ ਮੈਕਸ अच्छी मोटी रबड़ दे विच हुंदा सही गल लाइफ किन्नी को रहिंदी है पांच साल छे साल कुछ नहीं होता कुछ नहीं होता अगर आप एक अच्छे एम्प ਦੇ ਨਾਲ ਉਹਨੂੰ ओरिजिनल एम्प ਨਾਲ ਅਪਗ੍ਰੇਡ ਕਰੀਏ ਜੇ ਆਪਾਂ ਅਸੈਂਬਲਡ ਐਪ ਨਾਲ ਕਰਦੇ ਆ ਤਾਂ ਫਿਰ ਸੜਨ ਦੇ ਚਾਂਸ ਸੜਨ ਦੇ ਚਾਂਸ ਹੁੰਦਾ ਇਹ ਚੀਜ਼ ਮੈਂ ਤੁਹਾਨੂੰ ਸਾਨੂੰ ਪਹਿਲੇ ਦੱਸ ਦਵਾਂ ਕਿ ਇੱਕ ਫਿਟਿੰਗ ਕਰਨ ਲਈ ਨਾ ਤੁਹਾਨੂੰ ਇੱਕ ਫਿਟਮੈਂਟ ਵਧੀਆ ਵਾਲਾ ਬੰਦਾ ਚਾਹੀਦਾ ਜਾਂ ਫਿਟਮੈਂਟ ਹੋਏਗਾ ਉਹ ਵਧੀਆ ਕੰਮ ਕਰੇਗਾ ਤੇ ਇਹ ਕੰਮ ਵਧੀਆ ਵੱਜ ਜਾਣਗੇ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਅਗਰ ਆਪਾਂ ਗੱਲ ਕਰੀਏ ਇੱਕ ਇਨਕਲੋਜ਼ਰ ਤੇ ਇੱਕ ਬੂਫਰ ਦੇ ਵਿੱਚ ਸਰ ਇਨਕਲੋਜ਼ਰ ਘੱਟ RMS ਚ ਹੁੰਦਾ ਜਿੱਦਾਂ ਹੁਣ ਆ ਵਾਲਾ ਇਨਕਲੋਜ਼ਰ ਹੈ 250 RMS ਦੇ ਵਿੱਚ ਹੈ ਇਹ ਛੋਟੀ ਗੱਡੀ ਲਈ ਬਹੁਤ ਅੱਛੇ ਹੈ ਠੀਕ ਹੈ ਇਹ ਲੋਕ ਨਾਰਮਲ ਬੇਸ ਚਾਹੀਦੀ ਕਿਸੇ ਨੂੰ ਉਹ ਕੁਆਲਿਟੀ ਚਾਹੀਦੀ ਨਾਰਮਲ ਉਹਦੇ ਲਈ ਠੀਕ ਹੈ ਆਪਾਂ ਇਹ ਗੱਲ ਕਰਦੇ ਹਾਂ ਇੱਕ ਮੇਨ ਚੀਜ਼ ਜਿਹਦਾ ਆਪਾਂ ਦੇਖਦੇ ਇੱਕ ਇਨਕਲੂਜ਼ਰ ਆਂਦਾ ਹੈ ਕਸਟਮ ਮੇਡ ਉਹਦੇ ਵਿੱਚ ਇਹ ਫਿੱਟ ਹੁੰਦੇ ਆ ਤੇ ਇਨਕਲੂਜ਼ਰ ਤੇ ਬੂਫਰ ਦਾ ਕੀ ਰੋਲ ਰਹਿੰਦਾ ਸਰ ਬੂਫਰ ਜਿਹਦਾ 400 RMS ਹੈ ਇਹਨੂੰ ਚਾਹੀਦਾ ਵੱਡੇ ਬਾਕਸ ਜਿਹੜੇ ਆ ਨਾਰਮਲ ਕੈਲਕੂਲੇਟਿੰਗ ਕੀਤਾ ਹਾਂ ਕੈਲਕੂਲੇਟਿੰਗ ਬਾਕਸ ਹੈ ਜਿੱਦਾਂ ਤੁਸੀਂ ਡੀਡੀ ਨੂੰ ਦੇਖ ਸਕਦੇ ਹੋ ਇਹਨੂੰ ਬਾਕਸ ਲੱਗਾ ਹੋਇਆ ਵੱਡਾ ਠੀਕ ਹੈ ਇਹ ਪ੍ਰੋਪਰ ਤਿਆਰ ਹੁੰਦੇ ਆ ਤੇ ਇਨਕਲੂਜ਼ਰ ਇਹ ਹੁੰਦੇ ਸਲਿਮ ਬਾਕਸ ਚ ਆਏ ਆ ਇਹਨੂੰ ਸਪੇਸ ਦੀ ਰਿਕੁਆਇਰਮੈਂਟ ਹੈਗੀ ਹੈ ਅੱਜ ਕੱਲ ਥਾਰ ਹੋ ਗਈ ਮੇਨ ਚੀਜ਼ ਥਾਰ ਚ ਹਾਂ ਥਾਰ ਸਭ ਤੋਂ ਪਹਿਲੇ ਇਹੀ ਲੱਗਣਾ ਹੈ ਆ ਚੀਜ਼ ਫਿੱਟ ਕਰਨ ਲਈ ਬਾਕਸ ਛੋਟਾ ਚਾਹੀਦਾ ਅਗਰ ਬਾਕਸ ਛੋਟਾ ਹੁੰਦਾ ਤੇ ਇਹਦੀ ਸਾਊਂਡ ਵੀ ਘਟੇਗੀ ਆਪਣੇ ਕੋਲ ਵੈਸੇ ਮਿਲ ਜਾਂਦਾ ਹਾਂ ਸਾਰੇ ਬਾਕਸ ਇਹ ਚੀਜ਼ ਦੱਸ ਦਿਓ ਇੱਕ ਬੂਫਰ ਅਗਰ ਤੁਸੀਂ ਪ੍ਰੋਪਰ ਰਨ ਕਰਾਣਾ ਹੈ ਤੇ ਤੁਸੀਂ ਤੁਹਾਨੂੰ ਇੱਕ ਕੈਲਕੂਲੇਟਿੰਗ ਬਾਕਸ ਚਾਹੀਦਾ ਜਿਹਨੂੰ ਆਪਾਂ ਇਨਕਲੋਜ਼ਰ ਕਹਿੰਦੇ ਆ ਤੇ ਉਹ ਅਗਰ ਹੋਏਗਾ ਤੇ ਪ੍ਰੋਪਰ ਬੂਫਰ ਕੰਮ ਕਰੇਗਾ ਜਿਵੇਂ ਅਗਰ ਤੁਸੀਂ 400 ਵਾਟ ਦਾ ਬੂਫਰ ਲੈ ਲਓ ਤੇ ਇਨਕਲੂਜ਼ਰ ਲੈ ਲਓ ਤੁਸੀਂ 250 RMS ਵਾਲੇ ਦੇ ਅਕੋਰਡਿੰਗ ਤੇ ਬਿਲਕੁਲ ਕੰਮ ਖਰਾਬ ਹੋ ਜਾਏਗਾ ਉਹ ਬੂਫਰ ਉਲਟਾ ਹੀ ਸਾਊਂਡ ਕੱਢੂਗਾ ਇਹ ਗਾਰੰਟੀ ਹੈ ਸਾਡੀ ਕੁਆਲਿਟੀ ਸਾਊਂਡ ਨਹੀਂ ਕੱਢੂਗਾ ਮਤਲਬ ਉਹ ਹੀ ਗਲਤੀ ਸਾਊਂਡ ਕੱਢੂਗਾ ਸਾਰਾ ਹਾਂਜੀ ਤੇ ਉਸ ਤੋਂ ਬਾਅਦ ਮੇਨ ਚੀਜ਼ ਇਹ ਬੂਫਰ ਤੋਂ ਬਾਅਦ ਆਪਾਂ ਅਗਲਾ ਬੂਫਰ ਵੇਖੀਏ ਤੇ ਸਾਡੇ ਕੋਲ ਕਿਹੜਾ ਰਨਿੰਗ ਤੇ ਚੱਲਦਾ ਇਸ ਤੋਂ ਉੱਪਰ ਟੌਪ ਰੇਂਜ ਚੱਲ ਰਿਹਾ ਸਾਡਾ P2 P2 ਰੌਕਫੋਰਡ ਦਾ ਰੌਕਫੋਰਡ P2 ਇਹਦੇ ਵਿੱਚ ਇਹ ਸਭ ਤੋਂ ਹੌਟ ਹੈਗਾ ਤੇ ਮੈਂ ਚੱਕ ਲੈਣਾ ਇੱਕ ਵਾਰ ਤੁਹਾਨੂੰ ਦਿਖਾਉਣਾ ਇਹ ਕਿਉਂ ਹੌਟ ਹੈ ਇੰਨਾ ਕੀ ਕਿਉਂ ਇੰਨਾ ਮਾਰਕੀਟ 'ਚ ਵਿਕ ਰਿਹਾ ਸਿਰ ਤੇ 400 RMS ਦਾ ਬੂਫਰ ਹੈ ਠੀਕ ਹੈ ਇਹ ਪਾਇਨੀਅਰ ਤੋਂ ਵੀ ਬਹੁਤ ਅੱਛੀ ਬੇਸ ਕਰਦਾ ਇੱਕ ਵਾਰ ਇਹਦਾ ਰਿੰਗ ਚੱਕੀ ਆਪਾਂ ਲੋ ਸਰ ਇਹ ਵੇਖੋ ਜੀ ਬਾਈ
ਇਹ ਪਾਇਨੀਅਰ ਤੋਂ ਅੱਛੀ ਬੇਸ ਕੱਢਣ ਵਾਲਾ ਸਭ ਤੋਂ ਟਾਈਮ 'ਚ ਅੱਜ ਕੱਲ੍ਹ ਜੇ ਬੂਫਰ ਮੰਨਿਆ ਜਾਂਦਾ ਔਰ ਇਹਦੀ ਰਬੜ ਔਰ ਉਹਦੀ ਰਬੜ 'ਚ ਜ਼ਮੀਨ ਆਸਮਾਨ ਦਾ ਉਹ ਐਵੇਂ ਲੱਗਦਾ ਲੈਦਰ ਵਾਲੀ ਰਬੜ ਲੇਕਿਨ ਇਹ ਰਬੜ ਦਾ ਇੰਨੀ ਮੋਟੀ ਰਬੜ ਲੱਗ ਰਹੀ ਹੈ ਨਾ ਬਈ ਕਿ ਇਹਦਾ ਪੰਚ ਪਤਾ ਨਹੀਂ ਕਿੱਦਾਂ ਨਿਕਲਦਾ ਬਹੁਤ ਹੈਵੀ ਪੰਚ ਹੈ ਸਰ ਪੀਟੂ ਦਾ ਤੇ ਇੱਥੇ ਵੇਖ ਸਕਦੇ ਹੋ ਇਹਦੀ ਮੈਗਨੇਟ ਤੇ ਉਹਦੀ ਮੈਗਨੇਟ 'ਚ ਜ਼ਮੀਨ ਆਸਮਾਨ ਦਾ ਫਰਕ ਹੈ ਤੇ ਇਹ ਵੀ ਡਬਲ ਕੋਇਲ ਹੈ ਵੇਖ ਸਕਦੇ ਹੋ ਇੱਥੇ ਤੇ ਇੱਥੇ ਤੇ ਇੱਕ ਹੋਰ ਚੀਜ਼ ਦਿਖਾਦਾ ਤੇ ਇਹਦੀ ਕੋਨ ਜਿਹੜੀ ਹੈ ਨਾ ਬਾਹਰੋਂ ਵੇਖਣ ਨੂੰ ਪਲਾਸਟਿਕ ਲੱਗਦੀ ਹੈ ਹੈਗੀ ਲੇਕਿਨ ਪੇਪਰ ਕੋਨ ਇਧਰ ਆਓ ਤੁਹਾਨੂੰ ਇੱਕ ਚੀਜ਼ ਇਹ ਵੀ ਜ਼ਰੂਰ ਦਿਖਾਵਾਂਗੇ ਦੇਖ ਸਕਦੇ ਹੋ ਪੇਪਰ ਕੋਨ ਦਾ ਰੋਲ ਬਹੁਤ ਜ਼ਿਆਦਾ ਵੱਡਾ ਹੁੰਦਾ ਬੂਫਰ ਦੇ ਵਿੱਚ ਤੇ ਸਪੀਕਰਸ ਦੇ ਵਿੱਚ ਵੀ ਹੁੰਦਾ ਜਿੱਦਾਂ ਆਪਾਂ ਨਾਰਮਲ ਅਗਰ ਸਪੀਕਰਸ ਦੇ ਭਾਈ ਗੱਲ ਕਰੀਏ ਤੇ ਉਹਦੇ ਵਿੱਚ ਪੇਪਰ ਕੋਨ ਜਿਹਦੀ ਕੁਆਲਿਟੀ ਅਗਰ ਪਲਾਸਟਿਕ ਕੋਨ ਨਾਲੋਂ ਲੱਗੂਣਾ ਜ਼ਿਆਦਾ ਵਧੀਆ ਪੇਪਰ ਕੋਨ ਦਾ ਸਾਊਂਡ ਜ਼ਿਆਦਾ ਅੱਛਾ ਤੇ ਇਹਦੇ ਵਿੱਚ ਇਹ ਪਲਾਸਟਿਕ ਕੋਨ ਹੈ ਹਾਂਜੀ ਇਹ ਪਲਾਸਟਿਕ ਹੈ ਇਹ ਪਲਾਸਟਿਕ ਕੋਨ ਹੈ ਦੁਬਾਰਾ ਰਿਪੀਟ ਕਰ ਰਹਾ ਪਾਇਨੀਅਰ ਚੈਂਪੀਅਨ ਸੀਰੀਜ਼ 12-11 D4 ਇਹ ਰਹਿੰਦਾ ਹੈ ਪਲਾਸਟਿਕ ਕੋਨ ਦੇ ਵਿੱਚ ਤੇ ਜਿਹੜਾ P2 ਹੈਗਾ ਉਹ ਰਹੇਗਾ ਤੁਹਾਡਾ ਪੇਪਰ ਕੋਨ ਦੇ ਵਿੱਚ ਤੇ ਇਸ ਤੋਂ ਬਾਅਦ ਨੈਕਸਟ ਬੂਫਰ ਭਾਈ ਕਿਹੜਾ ਦਿਖਾਓਗੇ ਸਰ ਇੱਕ ਫਿਰ ਆਪਣਾ ਚੱਲ ਰਿਹਾ ਕਾਰਬਨ ਸੀਰੀਜ਼ ਮੇਡ ਇਨ ਜਰਮਨ ਠੀਕ ਹੈ ਜੋ ਤੁਸੀਂ ਕਮੈਂਟ ਬਾਕਸ 'ਚ ਕਹਿਣਾ ਚਾਹੋ ਨਾ ਮੈਨੂੰ ਕਹਿ ਸਕਦੇ ਹੋ ਇਹ ਗਰੰਟੀ ਹੈ ਸਹੀ ਗੱਲ ਹੈ ਹਾਂਜੀ ਸਰ ਤੇ ਇਹ ਕਿਸੇ ਕੋਲੋਂ ਤੁਹਾਨੂੰ ਨਹੀਂ ਮਿਲਣ ਵਾਲਾ ਭਾਜੀ ਕੋਲ ਵੀ ਲਿਮਿਟਿਡ ਹੈ ਅਗਰ ਜਿਹਨੂੰ ਚਾਹੀਦਾ ਪਲੀਜ਼ ਫਟਾਫਟ ਚੱਕ ਲਓ ਭਾਈ ਦਾ ਫੋਨ ਨੰਬਰ ਥੱਲੋਂ ਤੇ ਇੰਸਟਾਗ੍ਰਾਮ ਤੇ ਭਾਈ ਮੈਂ ਮੈਂਸ਼ਨ ਕੇ ਦੱਸ ਦਿੰਦਾ ਦੁਬਾਰਾ ਭਾਈ ਇੱਕ ਵਾਰ ਦੱਸ ਦਈਏ ਸਰ ਇੰਸਟਾਗ੍ਰਾਮ ਤੇ ਆਪਣੀ ਹੈਗੀ ਹੈ pulla_electronics_traders ਤੇ ਭਾਈ ਨੂੰ ਜਾ ਕੇ ਕੰਟੈਕਟ ਕਰ ਲਿਓ ਡਿਸਕ੍ਰਿਪਸ਼ਨ 'ਚ ਲਿੰਕ ਵੀ ਪਿਆ ਫਟਾਫਟ ਕਿਉਂਕਿ ਇਹ ਚੀਜ਼ ਨਹੀਂ ਮਿਲਣ ਵਾਲੀ ਕਿਉਂਕਿ ਮੈਂ ਵੀ ਜਦੋਂ ਆਉਂਦੇ ਸਾਰ ਸਭ ਤੋਂ ਪਹਿਲਾਂ ਐਪ ਉੱਪਰ ਵੇਖਿਆ ਸੀ ਨਾ ਕਹਿੰਦਾ ਨਾ ਕਿ ਕੁਝ ਖਾਣ ਵਾਲੀ ਚੀਜ਼ ਨੂੰ ਵੇਖ ਕੇ ਲਾ ਰਣਗਾ ਮੇਰਾ ਬੂਫਰ ਵੱਲ ਵੇਖ ਕੇ ਨਿਕਲ ਗਈ ਸੀ ਇਹ ਬੂਫਰ ਮੈਨੂੰ ਚਾਹੀਦਾ ਜਾਵੇ ਸਰ 2P2 ਤੋਂ ਜ਼ਿਆਦਾ ਹੈਵੀ weight ਹੈ ਇਹਦਾ ਸਹੀ ਗੱਲ 2P2 ਬਜਾ ਲਓ ਤੇ ਇੱਕ ਉਸ ਤੋਂ ਵੀ ਉੱਤੇ RMS 200 RMS ਫੇਰ ਵੀ ਉੱਤੇ ਜਾਏਗਾ ਇਹ ਚੀਜ਼ ਤੇ ਧਿਆਨ ਰੱਖਿਓ ਉਸ ਤੋਂ ਬਾਅਦ ਨੈਕਸਟ ਚੱਲਦੇ ਆਂ ਸਰ ਫਿਰ ਆ ਗਿਆ ਆਪਣਾ ਇਨਕਲੋਜ਼ਰ ਰੌਕਫੋਰਡ ਦਾ P1 ਇਹ 250 RMS ਦਾ ਬੂਫਰ ਹੈ ਸਰ ਦੋਨੋਂ ਨੂੰ ਮਿਲਾ ਕੇ 500 RMS ਹੈ ਇਹਦੀ ਕੁਆਲਿਟੀ ਆਫ ਬੇਸ ਬਹੁਤ ਅੱਛਾ ਹੈ ਸਰ ਠੀਕ ਹੈ ਹਾਂਜੀ ਇਹਦਾ ਤੇ ਇਹ ਕੰਪਨੀ ਫਿਟਡ ਇਨਕਲੋਜ਼ਰ ਹੈ ਹਾਂ ਕੰਪਨੀ ਫਿਟਡ ਮੈਂ ਭਰਾ ਨੂੰ ਬੋਲਾਂਗਾ ਲੱਗ ਗਿਆ ਕਿ ਜ਼ਰੂਰ ਤੁਹਾਨੂੰ ਦਿਖਾਊਗਾ ਇਹ ਵੇਖ ਸਕਦੇ ਹੋ ਇਹ ਕੰਪਨੀ ਫਿਟਡ ਇਨਕਲੋਜ਼ਰ ਹੈਗਾ ਤੇ ਇਹਦੇ ਵਿੱਚ ਕੁਝ ਨਹੀਂ ਆਂਦਾ ਮਤਲਬ ਬਾ ਕੰਪਨੀ ਤੋਂ ਰੈਡੀਮੇਡ ਆਇਆ ਤੇ ਰੈਡੀਮੇਡ ਤੁਹਾਡੀ ਗੱਡੀ 'ਚ ਰੱਖਿਆ ਜਾਊਗਾ ਅਗਰ ਤੁਸੀਂ ਕਹੋਗੇ ਨਾ ਕਿ ਆਪਣੇ ਮਰਜ਼ੀ ਦਾ ਇਨਕਲੋਜ਼ਰ ਚਾਹੀਦਾ ਤੇ ਭਾਈ ਨੂੰ ਦੱਸੋ ਭਾਈ ਦੇ ਇੰਸਟਾਗ੍ਰਾਮ ਤੇ ਭਾਈ ਨੂੰ ਫੋਲੋ ਕਰੋ ਤੁਹਾਨੂੰ ਵਧੀਆ ਤੋਂ ਵਧੀਆ ਮਿਲਣਗੇ ਅਗਰ ਇਨਕਲੋਜ਼ਰ ਦੀ ਪਹਿਲੀ ਚਾਹੀਦੀ ਹੈ ਵੀਡੀਓ ਤੇ ਉਹ ਵੀ ਜ਼ਰੂਰ ਆਪਾਂ ਲੈ ਕੇ ਆਵਾਂਗੇ ਕਮੈਂਟ ਬਾਕਸ 'ਚ ਤੁਹਾਡੇ ਕੋਲ ਹੈ ਤੇ ਜੋ ਮਰਜ਼ੀ ਉਹ 'ਚ ਮੈਂਸ਼ਨ ਕਰੋ ਆਪਾਂ ਉਹ 'ਚ ਕੰਮ ਕਰਕੇ ਤੁਹਾਡੇ ਅੱਗੇ ਲੈ ਕੇ ਆਵਾਂਗੇ ਤੇ ਲਾਸਟ ਟਾਈਮ ਸਾਨੂੰ ਕਮੈਂਟ ਆਇਆ ਸੀਗਾ ਭਾਈ ਜਿਹੜਾ ਆਪਾਂ ਕ੍ਰੇਟਾ ਦੇ ਵਿੱਚ ਉਹ ਲਗਾਇਆ ਸੀਗਾ ਸਟੀਅਰਿੰਗ ਰਿਮੋਟ ਸਾਰੇ ਬਟਨ ਤੇ ਉਹ ਸੀਗੇ ਜਿਹੜੇ OEM ਸੀਗੇ ਜਾਂ ਉਹ ਸੀਗੇ ਜਿਹੜੇ ਆਪਣੇ ਕਾਪੀ ਆਉਂਦੇ ਨੇ ਸਰ OEM ਸੀਗੇ ਉਹ ਓਰੀਜਨਲ ਹਾਂ ਤੁਹਾਨੂੰ ਨੈਕਸਟ ਵੀਡੀਓ 'ਚ ਅਸੀਂ ਦਿਖਾਵਾਂਗੇ OEM ਔਰ ਕਾਪੀ ਦੋਨੋਂ 'ਚ ਕੀ ਫਰਕ ਹੈ ਹਾਂ ਇਹ ਵੀ ਆਪਾਂ ਜ਼ਰੂਰ ਲੈ ਕੇ ਆਵਾਂਗੇ ਜ਼ਰੂਰ ਲੈ ਕੇ ਆਵਾਂਗੇ ਤੇ ਉਸ ਤੋਂ ਬਾਅਦ ਭਾਜੀ ਇਹ ਵੀ ਹੋ ਗਿਆ ਤੇ L3 ਇਹ ਵੀ ਕੰਪਨੀ ਫਿਟਡ ਮਤਲਬ ਹੋਇਆ ਇਨਕਲੋਜ਼ਰ ਹੈ L3 ਆ ਗਿਆ ਸਰ ਇਹ ਆ ਜਾਂਦਾ 400 RMS ਦੇ ਅੰਦਰ 400 RMS ਦੇ ਅੰਦਰ ਤੇ ਮੈਂ ਭਰਾ ਨੂੰ ਬੋਲਾਂਗਾ 10 ਇੰਚੀ ਹੈ 10 ਇੰਚੀ ਹੈ ਤੇ ਵੇਖ ਸਕਦੇ ਹੋ ਸਕੁਅਰ ਬੂਫਰ ਕਿੰਨਾ ਮਤਲਬ ਨਾ ਇੱਕ ਸੋਹਣੀ ਲੁੱਕ ਦੇ ਰਿਹਾ ਫਰੰਟ ਸਾਈਡ ਤੇ ਵੇਖੋ ਇਹਨੂੰ ਗਿੱਲਾ ਕਪੜਾ ਮਾਰੋ ਜਿੱਦਾਂ ਮਰਜ਼ੀ ਮਾਰੋ ਸਾਫ ਚਿੱਕੀ ਬਿਲਕੁਲ ਹੈ ਨਾ ਤੇ ਇਸ ਤੋਂ ਬਾਅਦ ਆਪਾਂ ਥੱਲੇ ਵੇਖ ਜਾਵੇ DD ਸਰ ਆ ਗਿਆ ਆਪਣਾ DD ਦਾ ਠੀਕ ਹੈ 500 RMS ਦਾ ਹਾਂਜੀ ਸਬ ਬੂਫਰ ਠੀਕ ਹੈ ਇਹਦੇ ਚ ਆਪਣੇ ਕੋਲ 300 RMS ਵੀ ਪਿਆ ਭਾਈ 500 RMS ਇਹ ਸਿਸਟਮ 500 RMS ਜੋ ਲਾਸਟ ਮਾਡਲ ਨੰਬਰ ਕਿੰਨਾ ਕ੍ਰੇਟਾ ਸਪੀਡ ਉਹਦੇ ਚ ਕੀਤਾ ਹੈ i20 512 ਨੰਬਰ ਭਾਜੀ 512 ਹੈਗਾ ਮਾਡਲ ਤੇ 500 RMS ਹੈਗਾ ਤੁਸੀਂ ਵੇਖ ਸਕਦੇ ਹੋ ਤੇ ਇਹਦੀ ਵੀ ਰਬੜ ਇਹਦਾ ਮੈਂ ਇੱਕ ਚੀਜ਼ ਤੁਹਾਨੂੰ ਦੱਸ ਦਿੰਦਾ ਇਹਦਾ ਜਿਹੜਾ ਪੰਚ ਜਾਂਦਾ ਘੱਟੋ ਘੱਟ ਐਡਾ ਬੂਫਰ ਉਛਲਦਾ ਮਤਲਬ ਘੱਟੋ ਘੱਟ 3 ਇੰਚ ਘੱਟੋ ਘੱਟ 2-3 ਇੰਚ ਤੇ ਪੰਚ ਖਾਂਦਾ ਪੂਰਾ ਤੇ ਲਾਸਟ ਟਾਈਮ ਵਾਲੀ ਵੀਡੀਓ ਤੁਸੀਂ ਜ਼ਰੂਰ ਵੇਖਿਓ ਉਹਦੇ ਵੀ ਤੁਹਾਨੂੰ ਪਤਾ ਚੱਲ ਜਾਊਗਾ ਉਸ ਤੋਂ ਬਾਅਦ ਇੱਕ P2 ਫਿਕਸ ਹੋਇਆ ਇੱਥੇ ਲੱਗਾ ਕਿ ਕਿੱਦਾਂ ਦੀ ਲੁੱਕ ਆਉਂਦੀ ਹੈ ਇਨਕਲੂਜ਼ਰ ਫਿੱਟ ਹੋਇਆ ਤੁਸੀਂ ਵੇਖ ਸਕਦੇ ਹੋ ਅਗਰ ਹੁਣ ਭਾਜੀ ਕੋਲ ਇੱਕ ਚੀਜ਼ ਹੋਰ ਤੁਹਾਨੂੰ ਦਿਖਾ ਦਈਏ ਦੇਖ ਸਕਦੇ ਹੋ ਤੁਸੀਂ ਕਿੱਕਰ ਦਾ ਵੀ ਇਨਕਲੂਜ਼ਰ ਦੇ ਨਾਲ ਪਿਆ ES ਸੀਰੀਜ਼ ਹਾਂਜੀ ਹਾਂਜੀ ਤੇ ਇੱਥੇ ਕਿੱਕਰ ਦੀ ਇੱਥੇ ਨਹੀਂ ਖਤਮ ਹੁੰਦੀ ਕਿੱਕਰ ਦੇ ਭਾਈ ਕੋ ਵੈਰਾਈਟੀ ਤੁਸੀਂ ਜੋ ਮੰਗੋਗੇ ਉਹ ਚ ਮਿਲੇਗੀ ਹਰ ਬੂਫਰ ਦੇ ਵਿੱਚ ਇਹ ਭਾਜੀ 300 RMS ਹੈ ਠੀਕ ਹੈ ਇਹਦੇ ਜੀ 300 RMS ਉਸ ਤੋਂ ਬਾਅਦ 600 RMS 600 RMS ਡਬਲ ਕੋਇਲ ਠੀਕ ਹੈ ਤੇ ਉਸ ਤੋਂ ਬਾਅਦ 500 RMS ਸਾਰੇ ਰੇਂਜ ਦੇ ਹਾਂਜੀ ਹਾਂਜੀ ਤੇ ਇੰਚੀਸ ਦੀ ਆਪਾਂ ਗੱਲ ਕਰੀਏ ਸਰ 12 ਇੰਚੀਸ ਔਰ ਇਹਦੇ 15 ਇੰਚੀਸ ਆਂਦਾ ਉਹ ਆਪਣਾ 300 RMS ਦੇ ਵਿੱਚ ਹੀ ਆ ਠੀਕ ਹੈ ਤੇ ਇਹ ਤੁਹਾਨੂੰ ਆਪਾਂ ਸਪੈਸ਼ਲ ਦੱਸਿਆ ਇਸ ਤੋਂ ਇਲਾਵਾ ਆਪਣੇ ਕੋਲ ਬੂਫਰ ਹੋਰ ਕਿਹੜੇ ਕਿਹੜੇ ਬ੍ਰਾਂਡ ਦੇ ਉਸ ਤੋਂ ਬਾਅਦ ਆਪਣੇ ਕੋਲ JBL ਦੀ ਬੇਸ ਟਿਊਬ ਆ ਗਈ ਠੀਕ ਹੈ ਫਾਈਨਰ ਦੀ ਬੇਸ ਟਿਊਬ ਵਿਦ ਐਮ ਵਿਦ ਐਮ ਠੀਕ ਆ
ਉਸ ਤੋਂ ਬਾਅਦ ਪਾਇਨੀਅਰ ਆਪਣਾ ਰੌਕਫੋਰਡ ਦੀ ਬੇਸਟ ਟਿਊਬ ਆ ਗਈ ਠੀਕ ਹੈ ਉਸ ਤੋਂ ਬਾਅਦ ਪਾਇਨੀਅਰ ਦਾ ਇਨਕਲੋਜ਼ਰ ਆ ਜਾਏਗਾ ਵਿਦ ਐਮ ਇਹ ਵਾਲਾ ਵਿਦਆਊਟ ਐਮ ਸੀ ਇਹਦੇ ਵਿਦ ਐਮ ਪੀ ਮਿਲ ਜਾਏਗਾ ਵਿਦ ਐਮ ਮਿਲ ਜਾ ਸੇਮ ਲੁੱਕ ਇਹੋ ਜਿਹੀ ਹੋਏਗੀ ਉਸ ਤੋਂ ਬਾਅਦ ਆਪਣੇ ਕੋਲ ਕੈਨਵੁੱਡ ਮਿਲ ਜਾਏਗਾ ਠੀਕ ਹੈ ਤੇ ਮੈਂ ਇੱਕ ਬੂਫਰ ਹੋਰ ਤੁਹਾਨੂੰ ਜ਼ੋਰ ਦਿਖਾਉਣਾ ਚਾਹੁੰਗਾ ਜੋ ਕਿ ਮੈਂ ਕਢਵਾਇਆ ਅੱਜ ਦੇ ਟਾਈਮ 'ਚ ਹਰ ਕੋਈ ਕਹਿੰਦਾ ਗੱਡੀ ਦੇ ਵਿੱਚ ਇਹ ਬੂਫਰ ਲੱਗਣਾ ਚਾਹੀਦਾ ਬਜਟ ਨਹੀਂ ਹੁੰਦਾ ਉਹਨਾਂ ਕਲੀਅਰ ਆਪਾਂ ਗੱਲ ਕਰਦੇ ਹਾਂ ਨਾ ਭਾਈ ਲੋ ਬਜਟ ਤੇ ਲੋ ਬਜਟ ਦੇ ਵਿੱਚ ਕੰਮ ਕਰਨ ਲਈ ਸਭ ਤੋਂ ਬੈਸਟ ਹੈ JBL ਤੇ ਆਊਟਪੁੱਟ ਵੀ ਇੱਕ ਨੰਬਰ ਪ੍ਰਾਈਸਿੰਗ 'ਚ ਤੁਸੀਂ ਭਾਈ ਨਾਲ ਗੱਲ ਕਰ ਸਕਦੇ ਹੋ ਇੰਸਟਾਗ੍ਰਾਮ ਤੇ ਜਾਂ ਮੈਸੇਜ ਕਰ ਲਿਓ ਜਾਂ ਫੋਨ ਕਰ ਲਿਓ ਨੰਬਰ ਤੁਹਾਡੇ ਸਾਹਮਣੇ ਹੈ ਤੇ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਇਹਦੇ ਵਿੱਚ ਡੀ ਵੀ ਆਉਂਦਾ ਔਰ ਓਰੀਜਨਲ ਵੀ ਮਿਲਦਾ ਉਹ ਤੁਹਾਨੂੰ ਹੁਣ ਇੱਕ ਵਧੀਆ ਹੀ ਜਗ੍ਹਾ ਔਰ ਮੇਨ ਚੀਜ਼ ਅਗਰ ਆਪਾਂ ਵੀਡੀਓ YouTube ਤੇ ਪਾ ਰਹੇ ਆ ਨਾ ਤੇ ਆਪਾਂ ਓਰੀਜਨਲ ਕਹਿ ਰਹੇ ਤੇ ਓਰੀਜਨਲ ਹੀ ਦਵਾਂਗੇ ਡੀ ਨਹੀਂ ਦਵਾਂਗੇ ਓਰੀਜਨਲ ਦੀ ਵਿਦ ਬਿੱਲ ਦਵਾਂਗੇ ਸਰ ਸਾਰਾ ਭਾਈ ਇਹ ਚੀਜ਼ ਦੀ ਆਪਾਂ ਨੂੰ ਗਾਰੰਟੀ ਕਿਦਾਂ ਵਿਦ ਬਿੱਲ ਆਪਾਂ ਦਵਾਂਗੇ ਸਰ ਬਿੱਲ ਕੱਟ ਕੇ ਦੇਣਾ ਜਿਹੜਾ ਡੁਪਲੀਕੇਟ ਹੋਏਗਾ ਬੰਦਾ ਬਿੱਲ ਕੱਟ ਕੇ ਬਿੱਲ ਜਨਰਲ ਬਿੱਲ ਪਾ ਤੇ ਇੱਕ ਚੀਜ਼ ਦੱਸਿਓ ਆਪਾਂ ਅਗਰ ਕੋਈ ਬੂਫਰ ਨੂੰ ਦਿੱਕਤ ਆਂਦੀ ਹੈ ਹਾਂਜੀ ਤੇ ਉਸ ਚੀਜ਼ 'ਚ ਆਪਾਂ ਕਿਦਾਂ ਪਾ ਸਰ ਕੰਪਨੀ ਸਰਵਿਸ ਸੈਂਟਰਸ ਹੈਗੇ ਉੱਥੇ ਜਾਏਗਾ ਠੀਕ ਹੈ ਹਾਂ ਉੱਥੇ ਤੁਹਾਨੂੰ ਰਿਪਲੇਸ ਹੋ ਜਾਏਗਾ ਇਹ ਚੀਜ਼ ਤੁਹਾਨੂੰ ਤਾਈਓ ਕਹਿ ਰਿਹਾ ਬਿੱਲ ਕੱਟ ਕੇ ਮਿਲੇਗਾ ਓਰੀਜਨਲ ਦੀ ਪੂਰੀ ਪਹਿਚਾਨ ਐਹੀ ਮਿਲੇਗੀ ਬਿੱਲ ਮੰਗੋ ਬਿੱਲ ਮਿਲੇਗਾ ਤੁਹਾਨੂੰ ਕਿਉਂਕਿ ਤੁਸੀਂ ਜਿੱਦਾਂ ਚਾਹੋਗੇ ਉਦਾਂ ਕੰਮ ਹੋ ਜਾਂਦਾ ਹਾਂਜੀ ਹੁਣ ਮੇਨ ਚੀਜ਼ ਭਾਜੀ ਇੱਕ ਚੀਜ਼ ਆਪਾਂ ਹੋਰ ਜ਼ਰੂਰ ਪੁੱਛਣਾ ਚਾਹਾਂਗੇ ਜਿੱਦਾਂ ਆਪਾਂ ਦੱਸਿਆ ਕਿ ਸਾਡੇ ਕੋਲ 2200 ਤੋਂ ਲੈ ਕੇ ਹਾਈ ਐਂਡ ਤੱਕ ਬੂਫਰ ਜਾਂਦੇ ਨੇ ਹਾਂਜੀ ਠੀਕ ਹੈ ਇਸ ਤੋਂ ਇਲਾਵਾ ਆਪਣੇ ਕੋਲ ਹੋਰ ਬੂਫਰ 'ਚ ਕਨਸੈਪਟ ਕਿਹੜਾ ਕਿਹੜਾ ਸਰ ਹੋਰ ਕੈਨੋਡ ਮਿਲ ਜਾਏਗਾ ਆਪਣੇ ਕੋਲ ਹੋਰ ਆਪਣੇ ਕੋਲ ਮਿਲ ਜਾਏਗਾ ਜੇ ਵੀ ਆਪਾਂ ਦਿਖਾਈ ਨਾਲ ਹਾਂ ਹਾਂ ਆਜੋ ਆਪਾਂ ਚੱਲਦੇ ਆ ਭਾਜੀ ਕੋਲ ਦੇਖ ਸਕਦੇ ਹੋ ਤੁਸੀਂ ਜੇਬੀਐਲ ਆ ਗਿਆ ਕੈਨੋਡ ਆ ਗਿਆ ਭਾਜੀ ਜਿਹੜੀ ਪੇਟੀ ਭਾਈ ਵਿਦ ਐਮਪ ਕਹਿ ਰਹੇ ਸੀ ਐ ਭਾਈ ਪਾਇਨੀਅਰ ਦੀ ਦੇਖ ਸਕਦੇ ਹੋ ਤੁਸੀਂ ਇਸ ਤੋਂ ਇਲਾਵਾ ਭਾਜੀ ਇਹ ਆ ਗਏ ਆਪਣੇ ਕਿੱਕਰ ਕਿੱਕਰ ਆ ਗਏ ਭਾਜੀ ਕਿੱਕਰ ਆ ਗਏ ਦੇਖ ਸਕਦੇ ਕਿੱਕਰ ਆ ਗਿਆ 600 ਵਾਟ ਆਰਐਮਐਸ 600 ਵਾਟ ਆਰਐਮਐਸ ਆ ਗਿਆ ਇਸ ਤੋਂ ਇਲਾਵਾ ਭਾਜੀ 300 ਆਰਐਮਐਸ ਮਿਲ ਜਾਏਗਾ ਭਾਜੀ ਕਿੱਕਰ ਠੀਕ ਆ ਹਾਂਜੀ ਹਾਂਜੀ ਇਸ ਤੋਂ ਇਲਾਵਾ ਪਾਇਨੀਅਰ ਆਂਦਾ ਇੱਕ ਥੱਲੇ ਵਾਲਾ ਮਾਡਲ ਜਿਹਦਾ ਉਹ ਮਤਲਬ ਕਹਿਣ ਦਾ ਮਤਲਬ ਡਬਲ ਕੋਇਲ ਸੀ ਸਿੰਗਲ ਕੋਇਲ ਹੋਇਆ ਇਹ ਸਿੰਗਲ ਕੋਇਲ ਭਾਜੀ ਇਹਦੇ ਚ ਡਬਲ ਕੋਇਲ ਆ ਭਾਜੀ D4 ਹੈ D4 ਹੈ ਭਾਜੀ ਆ ਜਾ ਇਹ 1-2 ਇਹ ਸਸਤੀ ਰੇਂਜ ਚ ਆ ਜਾਏਗਾ ਭਾਜੀ ਠੀਕ ਆ ਪਤਾ ਤੁਹਾਡੇ ਉੱਤੇ ਤੁਸੀਂ ਕੀ ਚੋਇਸ ਮੰਗਦੇ ਹੋ ਤੇ ਉਹ ਚੀਜ਼ ਮਿਲੇਗੀ ਬਾਕੀ ਦੱਸਿਓ ਕਮੈਂਟ ਕਰਕੇ ਕਿ ਤੁਹਾਨੂੰ ਕੰਪੋਨੈਂਟਸ ਔਰ ਬੂਫਰ ਦੇ ਉੱਤੇ ਵੀਡੀਓ ਚਾਹੀਦੀ ਹੈ ਕਿ ਨਹੀਂ ਤੇ ਇੱਕ ਚੀਜ਼ ਹੋਰ ਅੱਜ ਦੇ ਟਾਈਮ 'ਚ ਔਰ ਪੁਰਾਣੇ ਟਾਈਮ ਦੇ ਵੀ ਸਭ ਤੋਂ ਜ਼ਿਆਦਾ ਬ੍ਰਾਂਡ ਫੇਮਸ ਸੀਗਾ ਸੋਨੀ ਤੇ ਇਹਨੂੰ ਆਪਾਂ ਕਿੱਦਾਂ ਭੁੱਲ ਸਕਦੇ ਆ ਤੇ ਸੋਨੀ 'ਚ 1800 ਵਾਟ ਅਗਰ ਇਹਦੀ ਭਾਈ ਆਪਾਂ ਆਰਐਮਐਸ ਦੀ ਗੱਲ ਕਰੀਏ ਕਿੰਨੇ ਕੁ ਆਰਐਮਐਸ 300 ਆਰਐਮਐਸ ਦਾ ਹੋਏਗਾ ਭਾਜੀ ਐ ਲਿਖਿਆ ਨਾ ਹਾਂਜੀ 300 ਵਾਟ ਆਰਐਮਐਸ ਦਿਖਾ ਦਿਓ 300 ਵਾਟ ਆਰਐਮਐਸ ਐ ਵੇਖ ਸਕਦੇ ਹੋ ਤੁਸੀਂ ਤੇ ਮਤਲਬ 1800 ਵਾਟ ਆਉਣੇ ਆ ਆਰਐਮਐਸ ਜੇ ਆਪਾਂ ਗੱਲ ਕਰੀ 300 ਤੇ JBL ਦੇ ਤੋਂ ਇੱਕ ਆਪੋ ਹੀ ਹੋਏਗਾ JBL ਵੀ ਬਾਈ 300 ਆਰਐਮਐਸ ਠੀਕ ਆ ਤੇ ਲੇਕਿਨ ਇਹ ਬ੍ਰਾਂਡ 'ਚ ਵੀ ਆ ਗਿਆ ਉਹ ਵੀ ਬ੍ਰਾਂਡ 'ਚ ਹੈਗਾ ਲੇਕਿਨ ਕੁਆਲਿਟੀ ਇਹਦੀ ਮੈਂ ਕਹਾਂਗਾ ਮੈਨੂੰ ਜ਼ਿਆਦਾ ਪ੍ਰੈਫਰ ਵਧੀਆ ਚੱਲ ਬਹੁਤ ਅੱਛੀ ਬਾਈ ਸੋਨੀ ਆਲ ਟਾਈਮ ਫੇਵਰੇਟ ਕਿਉਂਕਿ ਪੁਰਾਣੇ ਟਾਈਮ ਦੇ ਵਿੱਚ ਹੀ ਸੋਨੀ ਜਦੋਂ ਕੋਈ ਵੀ ਜਾਂਦਾ ਸੋਨੀ ਦਾ ਸਟੀਰੀਓ ਲਗਾ ਦੋ ਬਾਈ ਸੋਨੀ ਦਾ ਓਵਰ ਲਗਾ ਦੋ ਬਾਈ ਸੋਨੀ ਦਾ ਸਪੀਕਰ ਸੋਨੀ ਦਾ ਬੂਫਰ ਸੋਨੀ ਦਾ ਐਂਪ ਹਰ ਚੀਜ਼ ਸੋਨੀ ਸੋਨੀ ਕੀਤੀ ਹੋਈ ਸੀ ਤੇ ਆਪਾਂ ਹੁਣ ਤੁਹਾਡੇ ਸਾਹਮਣੇ ਅੱਜ ਦੀ ਵੀਡੀਓ ਤਾਂ ਇੱਥੇ ਹੀ ਕਰਦੇ ਐਂਡ ਤੁਹਾਡੇ ਸਾਹਮਣੇ ਜਿੰਨਾ ਕੋ ਭਾਈ ਕੋਲ ਆਪਾਂ ਸੈਟਅਪ ਛੋਟਾ ਮੋਟਾ ਕਰਕੇ ਤੁਹਾਨੂੰ ਦਿਖਾ ਪਾਏ ਉਹ ਚੀਜ਼ ਆਪਾਂ ਤੁਹਾਨੂੰ ਦਿਖਾਈ ਹੈ ਬਾਕੀ ਕਮੈਂਟ ਸੈਕਸ਼ਨ ਤੁਹਾਡੇ ਕੋਲ ਤੁਹਾਨੂੰ ਕਿਸ ਚੀਜ਼ ਦਾ ਰੇਟ ਚਾਹੀਦਾ ਤੇ ਹਾਂ ਇੱਕ ਹੋਰ ਗੱਲ ਭਾਈ ਕੋਲ ਪੁੱਛਾਂਗੇ ਜ਼ਰੂਰ ਭਾਈ ਆਪਾਂ ਨਾਰਮਲੀ ਗੱਲ ਕਰਦੇ ਆ ਆਰਐਮਐਸ ਹਾਂਜੀ ਤੇ ਆਰਐਮਐਸ ਦੇ ਨਾਲ ਐਂਪ ਜਿਹੜੇ ਚੱਲਦੇ ਆ ਇਹਨਾਂ ਨਾਲ ਜੇ ਡਬਲ ਕੋਇਲ ਆਂਦਾ ਹੈ ਸਾਨੂੰ ਮੋਨੋ ਦੀ ਲੋਡ ਪੈਂਦੀ ਆ ਫੋਰ ਸਰ ਡਬਲ ਕੋਇਲ ਹਮੇਸ਼ਾ ਮੋਨੋ ਤੋਂ ਆਪਰੇਟ ਕਰੋਗੇ ਜ਼ਿਆਦਾ ਬੈਟਰ ਹੈ ਠੀਕ ਹੈ ਹਾਂ ਸਿੰਗਲ ਕੋਇਲ ਜਿਹੜੇ ਹੋ ਗਏ ਤਾਂ ਇਨਕਲੋਜ਼ਰ ਹੋ ਗਏ 250 ਵਾਟ ਆਰਐਮਐਸ 300 ਵਾਟ ਆਰਐਮਐਸ ਇਹ ਤੁਹਾਡੇ ਫੋਰ ਚੈਨਲ ਤੇ ਬਹੁਤ ਅੱਛੇ ਰਨ ਕਰ ਦਿੰਦੇ ਠੀਕ ਹੈ ਮੋਨੋ ਬਲੌਕ ਤੇ ਸੜ ਜਾਣਗੇ ਮੋਨੋ ਬਲੌਕ ਤੇ ਸੜ ਜਾਣਗੇ ਮਤਲਬ ਕਹਿਣ ਦਾ ਜਿੰਨੇ ਡਬਲ ਕੋਇਲ ਤੁਸੀਂ ਯੂਜ਼ ਕਰੋ ਮੇਰੇ ਅਕੋਰਡਿੰਗ ਜਾਂ ਭਾਜੀ ਦੇ ਅਕੋਰਡਿੰਗ ਜੋ ਕਹਿਣ ਦਾ ਮਤਲਬ ਹੈ ਉਹ ਹੈਗਾ ਡਬਲ ਕੋਇਲ ਬੂਫਰ ਯੂਜ਼ ਹੋਏਗਾ ਮੋਨੋ ਤੇ ਮੋਨੋ ਬਲੌਕ ਤੇ ਯੂਜ਼ ਕਰੋਗੇ ਤੇ ਉਹਦੀ ਕੁਆਲਿਟੀ ਨਿਕਲੇਗੀ ਅੱਛੀ ਬਹੁਤ ਮੈਂ ਕਹਿ ਸਕਦੇ ਆ ਕਿ 40 ਔਰ 100% ਦਾ ਰੇਸ਼ੋ ਚੱਲੇਗਾ ਦੋਨੋਂ ਤਰਫ ਸਹੀ ਗੱਲ ਹੈ ਕਿ ਭਾਈ ਆਪਾਂ ਸਾਰਾ ਦੱਸਤਾ ਹੁਣ ਮੇਰੇ ਦਿਮਾਗ 'ਚ ਕੁਐਸਚਨ ਆਇਆ ਤੇ ਮੇਰੇ ਮਤਲਬ ਸਾਰੇ ਵਿਊਅਰਸ ਦੇ ਦਿਮਾਗ 'ਚ ਆਏਗਾ ਕਿ ਆਪਾਂ ਬੂਫਰ ਤੇ ਇਨਕਲੂਜ਼ਰ ਬਾਰੇ ਸਭ ਦੱਸਿਆ ਤੇ ਬੂਫਰ ਔਰ ਬੇਸ ਟਿਊਬ ਬਾਰੇ ਕੀ ਵਿਚਾਰ ਆਉਂਦਾ ਮਤਲਬ ਕਿੱਦਾਂ ਬੇਸ ਟਿਊਬ ਇੱਕ ਕੰਪਨੀ ਦਾ ਬਣਿਆ ਹੋਇਆ ਬਾਕਸ ਆਉਂਦਾ ਇਹ ਸਿਲੰਡਰ ਟਾਈਪ ਹੁੰਦਾ ਮੇਨਲੀ ਟਿਊਬ ਗੋਲਡ ਇਹਦੇ 'ਚ ਇਹ ਕਿ ਤੁਹਾਨੂੰ ਕੁਆਲਿਟੀ ਆਫ ਸਾਊਂਡ ਮਿਲੇਗਾ ਬੇਸ ਅੱਛੀ ਮਿਲੇਗੀ ਮਤਲਬ ਬਾਕਸ ਆਉਂਦਾ ਕਹਿੰਦਾ ਬੂਫਰ ਵਿੱਚ ਹੁੰਦਾ ਸਰ ਬੂਫਰ ਵਿਦ ਵਿਦ ਆਉਂਦਾ ਮਤਲਬ ਪੂਰਾ ਕੰਪਲੀਟ ਆਉਂਦਾ ਬਸ ਆਪਾਂ ਤਾਰਾਂ ਲਗਾਉਣੀਆਂ ਤਾਰਾਂ ਲਗਾਉਣੀਆਂ ਰੱਖ ਦੇਣਾ ਠੀਕ ਹੈ ਤੇ ਇਹਦੇ ਵਿੱਚ ਫਰਕ ਹੀ ਨਿਕਲਦਾ ਸਰ ਇਹਦੀ ਬੇਸ ਕੁਆਲਿਟੀ ਬਹੁਤ ਅੱਛੀ ਹੁੰਦੀ ਥੋੜੀ ਕੁਆਲਿਟੀ ਜਿਹੜੇ ਨਾਰਮਲ ਬੂਫਰਸ ਆਪਾਂ ਇਨਕਲੋਜ਼ਰ ਲੈਂਦੇ ਆ ਬਾਹਰੋਂ ਉਹਦੇ ਨਾਲੋਂ ਇਹਨਾਂ ਦਾ ਪ੍ਰੋਪਰ ਆਰਐਮਐਸ ਦੇ ਨਾਲ ਸੈੱਟ ਕਰਕੇ ਉਹਨਾਂ ਨੇ ਪ੍ਰੋਪਰ ਇਨਕਲੋਜ਼ਰ ਬਣਾਇਆ ਹੁੰਦਾ ਉਸ ਹਿਸਾਬ ਨਾਲ ਕੁਆਲਿਟੀ ਬੇਸ ਹੀ ਜ਼ਿਆਦਾ ਅੱਛੀ ਜ਼ਿਆਦਾ ਨਿਕਲਦੀ ਹੈ ਆਪਾਂ ਕਹੀਏ ਕਿ ਅਗਰ 5 ਤਾਂ ਜ਼ਿਆਦਾ ਹੁੰਦਾ ਜਾਂ 5 ਭਾਜੀ ਤਾਂ 5 ਕੁਆਲਿਟੀ ਅੱਛੀ ਹੁੰਦੀ ਜ਼ਿਆਦਾ 5 ਕੁਆਲਿਟੀ ਅੱਛੀ ਹੁੰਦੀ ਹੈ ਤੇ ਰੇਂਜ ਦੀ ਮਤਲਬ ਜਿਹੜਾ ਮਤਲਬ ਕਹਿਣ ਦਾ ਮਤਲਬ ਕਹਿੰਦੀ ਨਾ ਕਿ ਬੇਸ ਸਰਾਊਂਡ ਬੇਸ ਨਿਕਲਦੀ ਹੈ ਕੁਆਲਿਟੀ ਆਫ ਬੇਸ ਹੈ ਭਾਜੀ ਸਰਾਊਂਡ ਨਾਲ ਮਤਲਬ
ਬ੍ਰਾਂਡਿਡ ਬੂਫਰ ਚ ਵੀ ਆਉਣਾ ਤੇ ਬ੍ਰਾਂਡਿਡ ਕਿਉਂਕਿ 2200 ਰੁਪਏ ਚ ਕੁਛ ਨਹੀਂ ਜਾਂਦਾ 2200 ਰੁਪਏ ਚ ਇੱਕ ਤੁਹਾਨੂੰ ਇੱਕ ਬ੍ਰਾਂਡ ਤੇ ਇੱਕ ਬ੍ਰਾਂਡ ਦਾ ਭਰੋਸਾ ਮਿਲਦਾ ਕਿਉਂਕਿ ਕਦੀ ਵੀ ਬ੍ਰਾਂਡ ਪਿੱਛੇ ਧੱਕਾ ਨਹੀਂ ਕਰਦਾ ਤੇ ਉਸ ਤੋਂ ਬਾਅਦ ਸਾਡੇ ਭੱਲਾ ਸਾਹਿਬ ਖੜੇ ਅਮਨ ਭਾਈ ਆਪਣੇ ਨਾਲ ਨੇ ਤੇ ਅਮਨ ਭਾਈ ਦੀ ਦੁਕਾਨ ਤੇ ਆਉਂਦੇ ਤੇ ਸਾਰਾ ਕੁਛ ਮਤਲਬ ਤੁਹਾਨੂੰ ਵਿਸ਼ਵਾਸ ਪੂਰਾ ਰਹੇਗਾ ਕਿ ਕੋਈ ਵੀ ਚੀਜ਼ ਅਗਰ ਖਰਾਬ ਹੁੰਦੀ ਹੈ ਤਾਂ ਤੁਹਾਨੂੰ ਟੇਬਲ ਤੇ ਹੀ ਗਰੰਟੀ ਹਰ ਚੀਜ਼ ਮਿਲੇਗੀ ਹੈ ਨਾ ਭਾਈ ਫੁੱਲ ਮਿਲੇਗੀ ਤੇ ਹੁਣ ਲੈਂਦੇ ਤੁਹਾਡੇ ਸਾਰੇ ਤੋਂ ਜ਼ਿਆਦਾ ਦੁਕਾਨ ਦਾ ਇੱਕ ਓਵਰਵਿਊ ਤੁਹਾਨੂੰ ਦਿਖਾਉਂਦਾ ਬਾਹਰੋਂ ਵੇਖਣ ਦੀ ਦੁਕਾਨ ਇਹੋ ਜੀ ਹੈ ਭਾਈ ਉਹਨਾਂ ਦਾ ਤੁਸੀਂ ਇੱਕ ਵਾਰ ਵਿਜ਼ਿਟ ਕਰੋਗੇ ਤਾਂ ਅੱਜ ਬੈਕਗਰਾਊਂਡ ਤਾਂ ਇਹ ਰੱਖਿਆ ਹੁਣ ਐਂਡ 'ਚ ਕਿ ਤੁਹਾਨੂੰ ਵਿਜ਼ਿਟ ਕਰਨ 'ਚ ਆਸਾਨੀ ਹੋਵੇ ਤੁਹਾਨੂੰ ਪਤਾ ਲੱਗ ਜਾਵੇ ਆਪਾਂ ਕਿੱਥੇ ਜਾਣਾ ਸਹੀ ਗੱਲ ਅਤੇ ਹੁਣ ਭਾਈ ਮੇਨ ਚੀਜ਼ ਆਪਣਾ ਇੱਕ ਵਾਰ ਐਡਰੈਸ ਅਤੇ ਪ੍ਰੋਪਰ ਫੋਨ ਨੰਬਰ ਆਪਾਂ ਦੁਬਾਰਾ ਦੱਸ ਆਪਣਾ ਸ਼ੋਪ ਦਾ ਨਾਮ ਹੈ ਪੱਲਾ ਇਲੈਕਟ੍ਰੋਨਿਕਸ ਐਂਡ ਟ੍ਰੇਡਰ BMC ਚੌਂਕ ਆਪੋਜ਼ਿਟ ਸੈਸ਼ਨ ਕੋਰਟ ਅਤੇ ਆਪਣਾ ਮੋਬਾਈਲ ਨੰਬਰ ਹੈ 7986595536 ਅਤੇ ਇੱਥੇ ਲੈਂਦੇ ਹਾਂ ਤੁਹਾਡੇ ਸਾਰ ਤੋਂ ਹੁਣ ਇਜਾਜ਼ਤ ਅਗਰ ਵੀਡੀਓ ਅੱਛੀ ਲੱਗੀ ਹੋਵੇ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਅਤੇ ਇੰਸਟਾਗ੍ਰਾਮ ਨੂੰ ਫੋਲੋ ਕਰਨਾ ਨਾ ਭੁੱਲਣਾ ਜੋ ਕਿ ਸਾਡੀ ਆ ਮੋਡੀਫਾਈਡ ਅੰਡਰਸਕੋਰ ਹਬ 2021 ਅਤੇ ਭਾਜੀ ਵਾਲੀ ਦੀ ਡਿਸਕ੍ਰਿਪਸ਼ਨ 'ਚ ਲਿੰਕ ਹੈ ਫਲੈਸ਼ ਹੁੰਦੀ ਤੁਹਾਨੂੰ ਦੋਨਾਂ ਦੀ ID ਦਿਖ ਰਹੀ ਆ ਫਟਾਫਟ ਜਾਓ ਫੋਲੋ ਕਰ ਲਓ ਅਤੇ ਮਿਲਦੇ ਹਾਂ ਟਿਲ ਦੈਨ ਬਾਏ ਥੈਂਕਸ ਫੋਰ ਵਾਚਿੰਗ।